ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਭੰਗੂ ਅਤੇ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ। ਉਗਰਾਹਾਂ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਜੀ ਤੁਹਾਡਾ। ਜੀ ਦੋਸਤੋ, ਲੋਕਰਾਣ ਚੈਨਲ ਪੰਜਾਬੀ ਦੇ ਉਗਰਾਹਾਂ ਸਾਹਿਬ ਆਪਣੇ ਨਾਲ ਜੁੜਦੇ ਰਹਿੰਦੇ ਨੇ, ਖਾਸ ਕਰਕੇ ਕਿਸਾਨੀ ਦੇ ਜਿਹੜੇ ਮਸਲੇ ਨੇ ਉਹ ਡਿਸਕਸ ਕਰਦੇ ਰਹਿੰਦੇ ਨੇ। ਇਤਿਹਾਸ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਅੱਜ ਤੋਂ ਕੁਛ ਮਹੀਨਿਆਂ ਪਹਿਲਾਂ ਪੰਜਾਬ, ਹਰਿਆਣਾ, ਯੂਪੀ ਅਤੇ ਅਖੀਰ ਦੇ ਵਿੱਚ ਜਾ ਕੇ ਦਿੱਲੀ ਦੀ ਧਰਤੀ 'ਤੇ ਲੜਿਆ ਗਿਆ। ਕਿਸਾਨਾਂ ਦੇ ਵਿੱਚ ਇੱਕ ਵੱਡਾ ਖਦਸ਼ਾ ਸੀ ਕਿ ਸਾਡੀਆਂ ਜ਼ਮੀਨਾਂ ਚਲੀਆਂ ਜਾਣਗੀਆਂ, ਸਾਡੀਆਂ ਜ਼ਮੀਨਾਂ ਕਾਰਪੋਰੇਟ ਹਥਿਆਰ ਲੈਣਗੇ, ਕਾਰਪੋਰੇਟ ਜਮਾਤ ਸਾਡੀਆਂ ਜ਼ਮੀਨਾਂ ਦੇ ਉੱਪਰ ਕਲਸਟਰ ਬਣਾ ਕੇ ਖੇਤੀ ਕਰਿਆ ਕਰੂਗੀ। ਇਸ ਤੋਂ ਅਗਲਾ ਖਦਸ਼ਾ ਸੀ ਕਿ ਜਦੋਂ ਖੇਤੀ ਉਹ ਕਰਨਗੇ ਫਿਰ ਅਨਾਜ ਵੀ ਉਹਨਾਂ ਕੋਲ ਹੋਊਗਾ, ਅਤੇ ਫਿਰ ਅਨਾਜ ਉਹਨਾਂ ਕੋਲ ਹੋਊਗਾ ਤਾਂ ਦੇਸ਼ ਉਹਨਾਂ ਦੇ ਕੰਟਰੋਲ ਦੇ ਵਿੱਚ ਹੋਊਗਾ। ਤਿੰਨ ਖੇਤੀ ਕਾਨੂੰਨ ਲੈ ਕੇ ਆ ਗਈ BJP ਦੀ ਸਰਕਾਰ 5 ਜੂਨ 2020 ਨੂੰ, ਜਦੋਂ ਦੇਸ਼ ਇੱਕ ਕਰੋਨਾ ਕਾਲ ਦੇ ਨਾਲ ਪੀੜਤ ਸੀ। ਉਦੋਂ BJP ਨੇ ਇੱਕ ਆਰਡੀਨੈਂਸ ਪਾਸ ਕਰਤਾ, ਅੱਗੇ ਜਾ ਕੇ ਲੋਕ ਸਭਾ ਰਾਜ ਸਭਾ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਅੱਗੇ ਵਧਾਇਆ ਗਿਆ। ਕਿਸਾਨ ਆਗੂਆਂ ਵੱਲੋਂ ਪ੍ਰਚਾਰ ਕੀਤਾ ਗਿਆ ਕਿ ਇਹ ਤਾਂ ਫਿਰ ਆਖਰੀ ਹਮਲਾ ਸਾਬਤ ਹੋਊਗਾ ਕਿਸਾਨੀ ਦੇ ਉੱਪਰ, ਕਿ ਜੇਕਰ ਸਰਕਾਰ ਕਾਰਪੋਰੇਟ ਪੱਖੀ ਘਰਾਣਿਆਂ ਦੇ ਵਿੱਚ ਭੁਗਤ ਕੇ ਕਿਸਾਨਾਂ ਨੂੰ ਸਾਰੀਆਂ ਕਿਸਾਨਾਂ ਦੀਆਂ ਜ਼ਮੀਨਾਂ ਉੱਥੇ ਸਾਰੀਆਂ ਚਲੀਆਂ ਜਾਣਗੀਆਂ। ਤੁਹਾਡੇ ਯਾਦ ਹੋਊਗਾ ਇੱਕ ਨਾਮ ਨਿਕਲ ਕੇ ਆਏ ਸੀ ਇਹਨਾਂ ਅੰਦੋਲਨਾਂ ਦੇ ਵਿੱਚ, ਦੋ ਨਾਮ ਸੀ ਇੱਕ ਤਰਸ ਦੇ ਉੱਪਰ, ਅੰਬਾਨੀ ਅਡਾਨੀ ਕਿਸਾਨਾਂ ਦੀਆਂ ਜ਼ਮੀਨਾਂ ਖੋਣਾ ਚਾਹੁੰਦੇ ਨੇ, ਅਸੀਂ ਨਹੀਂ ਦੇਣੀਆਂ, ਅਸੀਂ ਤਾਂ ਲੜਾਂਗੇ। ਹੁਣ ਜਿਹੜੀ ਉਹ ਨਾਮ ਸੀ ਉਹਨਾਂ ਨੂੰ ਹੁਣ ਤੱਥਾਂ ਦੇ ਆਧਾਰ 'ਤੇ, ਫੈਕਟ ਦੇ ਆਧਾਰ 'ਤੇ ਉਹ ਸਾਰੀਆਂ ਗੱਲਾਂ ਬਾਹਰ ਆਉਣ ਲੱਗੀਆਂ ਕਿ ਕਿਹੜੇ ਕਿਹੜੇ ਲੋਕ ਸੀ, ਕਿਹੜੀਆਂ ਕਿਹੜੀਆਂ ਕੰਪਨੀਆਂ ਸੀ ਇਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਪਿੱਛੇ, ਵਿਦੇਸ਼ ਦੇ ਵਿੱਚ ਕੌਣ ਸੀ, ਦੇਸ਼ ਦੇ ਵਿੱਚ ਕੌਣ ਨਹੀਂ ਸੀ, ਦੇਸ਼ ਦੇ ਵਿੱਚ ਕਿਹੜੇ ਲੋਕ ਸ਼ਾਮਲ ਸੀ, ਕਿਹੜੀ ਜਿਹੜੀ ਕੌਂਸਲਾਂ, ਆਰਥਿਕ ਕਮੇਟੀਆਂ ਬਣੀਆਂ ਹੋਈਆਂ ਨੇ, ਕਿਹੜੇ ਚੇਅਰਮੈਨ ਸ਼ਾਮਲ ਸੀ, ਕਿਹੜਿਆਂ ਨੇ ਲੇਖ ਲਿਖੇ, ਕਿਹੜਿਆਂ ਨੇ ਸਰਕਾਰ ਨੂੰ ਸਲਾਹਾਂ ਦਿੱਤੀਆਂ ਕਿ ਜੇਕਰ ਹੁਣ ਨਹੀਂ ਪਾਸ ਕਰ ਸਕਦੇ ਤਾਂ ਫਿਰ ਤਾਂ ਕਦੇ ਪਾਸ ਹੋਣੇ ਨਹੀਂ ਹੈਗੇ, ਅਭੀ ਨਹੀਂ ਤੋ ਕਵੀ ਨਹੀਂ। ਹੁਣ ਵਰਗਾ ਜਿਹੜਾ ਅੰਮ੍ਰਿਤ ਕਾਲ ਹੈ ਉਹ ਅੰਮ੍ਰਿਤ ਕਾਲ ਤਾਂ ਹੋਣਾ ਨਹੀਂ, ਖੇਤੀ ਕਾਨੂੰਨ ਪਾਸ ਕਰ ਦਿਉ, ਜ਼ਮੀਨਾਂ 'ਤੇ ਕਾਬਜ ਹੋ ਜਾਓ, ਕਾਰਪੋਰੇਟਾਂ ਨਾਲ ਯਾਰੀ ਪੁਗਾ ਦਿਉ ਆਪਣੀ। ਕੁਲੈਕਟਿਵ ਰਿਪੋਰਟਸ ਦੀ ਜਿਹੜੀ ਰਿਪੋਰਟ ਨਿਕਲ ਕੇ ਆਈ ਹੈ ਉਹਨੇ ਸਾਰਾ ਕੁਛ ਜਿਹੜਾ ਹੈਗਾ ਕਲੀਅਰ ਕਰਤਾ। ਉਸੇ 'ਤੇ ਗੱਲ ਕਰਨ ਦੇ ਲਈ ਗੁਰਹਾਨ ਸਾਹਿਬ ਸਾਡੇ ਨਾਲ ਨੇ। ਗੁਰਹਾਨ ਸਾਹਿਬ, ਕਹਿੰਦੇ ਰਹੇ ਤੁਸੀਂ ਤਮਾਮ ਕਿਸਾਨ ਆਗੂ ਕਿ ਕਾਰਪੋਰੇਟ ਘਰਾਣੇ ਨੂੰ ਜ਼ਮੀਨਾਂ ਚਲੀਆਂ ਜਾਣਗੀਆਂ, ਅੰਬਾਨੀਆਂ ਨੂੰ ਅਡਾਨੀਆਂ ਨੂੰ ਜ਼ਮੀਨਾਂ ਚਲੀ ਜਾਣਗੀਆਂ, ਮੂਵਮੈਂਟ ਤਕੜੀ ਹੋ ਗਈ, ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਲਏ ਕੇਂਦਰ ਦੀ ਸਰਕਾਰ ਤੋਂ। ਪਰ ਹੁਣ ਸਮਾਂ ਨਿਕਲਣ ਦੇ ਹੀ ਤੱਥ ਨਿਕਲ ਕੇ ਆਉਂਦੇ ਨੇ, ਸਾਰੀਆਂ ਰਿਪੋਰਟਾਂ ਜੱਗ ਜ਼ਾਹਰ ਹੁੰਦੀਆਂ ਜਾ ਰਹੀਆਂ ਨੇ, ਨਾਮ ਜੱਗ ਜ਼ਾਹਰ ਹੁੰਦੇ ਜਾ ਰਹੇ ਨੇ, ਕਿਹੜੇ ਕਿਹੜੇ ਲੋਕ ਸ਼ਾਮਲ ਸੀ, ਕਿਹੜੇ ਕਿਹੜੇ ਸਲਾਹਕਾਰ ਸ਼ਾਮਲ ਸੀ, ਕਿਹੜੇ ਕਿਹੜੇ ਉਦਯੋਗਪਤੀ ਘਰਾਣੇ ਸ਼ਾਮਲ ਸੀ ਇਸ ਇੱਕ ਵੱਡੀ ਸਾਜਿਸ਼ ਦੇ ਵਿੱਚ। ਜੀ ਗੁਰਾਂ ਸਾਹਿਬ, ਇਹ ਜਦੋਂ ਖੇਤੀ ਕਾਨੂੰਨ ਆਏ ਹੈ ਇਹ ਉਸ ਮੌਕਾ ਸੀ ਜਦੋਂ ਲੋਕਾਂ ਦੇ ਵਿੱਚ ਕਰੋਨਾ ਦਾ ਬੜਾ ਭੈ ਫੈਲਿਆ ਹੋਇਆ ਸੀ ਸਾਰੇ ਪੰਜਾਬ ਹਿੰਦੁਸਤਾਨ ਦੇ ਵਿੱਚ, ਦੁਨੀਆਂ ਦੇ ਦੇਸ਼ਾਂ ਦੇ ਵਿੱਚ। ਕਰੋਨਾ ਕਰਕੇ ਕਰੋਨਾ ਨੂੰ ਇੱਕ ਮਹਾਂਮਾਰੀ ਸਮਝ ਕੇ ਪ੍ਰਚਾਰਿਆ ਗਿਆ, ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਰਹਿਣ ਵਾਸਤੇ ਪ੍ਰਚਾਰਿਆ ਗਿਆ, ਬਾਹਰੋਂ ਨਾ ਨਿਕਲਣ ਦਾ ਅਤੇ ਆਪਦੇ ਘਰਾਂ 'ਚ ਰਹਿਣ ਦਾ ਇੱਕ ਵੱਡਾ ਲੰਮਾ ਚੌੜਾ ਪ੍ਰਚਾਰ ਹੋਇਆ ਕਿ ਇੱਕ ਖਤਰਨਾਕ ਘਾਤਕ ਇੱਕ ਬਿਮਾਰੀ ਮਹਾਂਮਾਰੀ ਆ ਰਹੀ ਹੈ ਜਿਹੜੀ ਲੋਕਾਂ ਦਾ ਬਹੁਤ ਨੁਕਸਾਨ ਕਰ ਦੂਗੀ। ਉਦੋਂ ਘਰਾਂ ਦੇ ਵਿੱਚ ਲੋਕ ਬੰਦ, ਮਜ਼ਦੂਰਾਂ ਦੇ ਕੰਮ ਬੰਦ ਸੀ, ਕਾਰਖਾਨੇ ਬੰਦ ਸੀ, ਲੋਕਾਂ ਦਾ ਇਕੱਠਾ ਹੋਣਾ ਬੰਦ ਸੀ, ਰਿਸ਼ਤੇਦਾਰਾਂ ਦਾ ਆਉਣਾ ਜਾਣਾ ਬੰਦ ਸੀ, ਭੈਣ ਭਰਾਵਾਂ ਦਾ ਇੱਕ ਦੂਜੇ ਤੋਂ ਡਰ ਲੱਗਦੇ ਸੀ, ਦੂਜੇ ਦੇ ਨੇੜੇ ਨਹੀਂ ਸੀ ਆਉਂਦੇ। ਉਹਨਾਂ ਹਾਲਤਾਂ ਦੇ ਵਿੱਚ ਇਹਨਾਂ ਨੇ ਇਹ ਕਾਨੂੰਨ ਲਿਆਂਦੇ। ਇਹਨਾਂ ਦੇ ਜਿਹੜੇ ਆਰਥਿਕ ਮਾਹਰ ਨੇ, ਜਿਹੜੇ ਕਾਰਪੋਰੇਟ ਨੂੰ ਸਹੂਲਤਾਂ ਦੇਣ ਵਾਲੇ ਨੇ, ਉਹਨਾਂ ਨੇ ਇਹ ਬਹੁਤ ਵਧੀਆ ਮੌਕਾ ਅਤੇ ਸਾਜ਼ਗਰ ਮੌਕਾ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰਕੇ ਗਏ ਹੋ ਕਿ ਅਭੀ ਨਹੀਂ ਤੂੰ ਕਭੀ ਨਹੀਂ, ਉਹ ਇੱਕ ਸਾਜ਼ਗਰ ਮੌਕਾ ਸੀ ਕਿ ਇੱਕ ਇਹੋ ਜਿਹਾ ਹਮਲਾ ਜਿਹੜੀ ਗੱਲ ਕਰਨ ਤੋਂ ਸਰਕਾਰ ਤਹਿਕ ਦੀ ਸੀ, ਜਿਹਦਾ ਡਰ ਸੀ ਸਰਕਾਰ। ਦੇਖੋ 2014 ਦੇ ਵਿੱਚ BJP ਜਦੋਂ ਸਰਕਾਰ ਬੈਠੀ ਸੱਤਾ 'ਤੇ, ਪਹਿਲਾਂ ਲੈਂਡ ਐਕੁਜੇਸ਼ਨ ਐਕਟ ਆਇਆ, ਜ਼ਮੀਨ ਭੂਮੀ ਗ੍ਰਹਿਣ ਐਕਟ ਲਿਆਂਦਾ ਇਹਨਾਂ ਨੇ, ਉਹ ਵੀ ਜ਼ਮੀਨਾਂ ਖੋਹਣ ਵਾਲਾ ਇੱਕ ਹੀ ਸੀਗਾ। ਨਹੀਂ ਹੁਣ ਜ਼ਮੀਨਾਂ 'ਤੇ ਸਿੱਧੇ ਤੌਰ 'ਤੇ ਹਮਲਾ ਅਤੇ ਕਾਰਪੋਰੇਟ ਦਾ ਕਬਜ਼ਾ ਕਿਵੇਂ ਕਰਾਉਣਾ, ਉਹ ਕਾਨੂੰਨ ਉਦੋਂ ਲਿਆਂਦੇ ਜਦੋਂ ਕਿ ਉਦੋਂ ਲਿਆਉਣ ਦੇ ਬਾਅਦ ਲੋਕਾਂ ਨੇ ਫਿਰ ਇਹ ਤੈਅ ਕਰ ਲਈ ਵੀ ਕਰੋਨਾ ਨੇ ਵੀ ਮਾਰਨਾ, ਕਾਨੂੰਨਾਂ ਨੇ ਵੀ ਮਾਰਨਾ। ਜੇ ਮੰਡੀਆਂ ਨਾ ਰਹੀਆਂ ਤਾਂ ਖੇਤੀ ਦਾ ਕੁਛ ਨਹੀਂ ਬਣਨਾ, ਜੇ ਖੇਤੀ ਨਾ ਰਹੀ ਤਾਂ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਜ਼ਮੀਨਾਂ ਦੇਣੀਆਂ ਪੈਣਗੀਆਂ। ਆਰਥਿਕ ਤੰਗੀਆਂ ਕਰਕੇ ਕਾਰਪੋਰੇਟ ਨੂੰ ਦੇ ਬੇਬਸ ਹੋ ਕੇ ਕਾਰਪੋਰੇਟ ਦੇ ਹਵਾਲੇ ਜ਼ਮੀਨਾਂ ਕਰਨੀਆਂ ਪੈਣਗੀਆਂ। ਉੱਧਰ ਵੀ ਮੌਤ ਹੈ ਕਿ ਇੱਧਰ ਵੀ ਮੌਤ,
ਇਸ ਕਰਕੇ ਕਰੋਨਾ ਵਰਗੀ ਮਹਾਂਮਾਰੀ ਦਾ ਨਾ ਪਰਵਾਹ ਕਰਦਿਆਂ ਹੋਇਆਂ ਲੋਕ ਸੜਕਾਂ 'ਤੇ ਨਿਕਲੇ, ਚੁੱਲ੍ਹਿਆਂ ਚੁੱਲ੍ਹਿਆਂ ਤੱਕ ਗਏ, ਪਿੰਡਾਂ 'ਚ ਮੁਜ਼ਾਹਰੇ ਕੀਤੇ। ਜਿਹੜੀਆਂ ਜਥੇਬੰਦੀਆਂ ਕਦੇ ਇਕੱਠੀਆਂ ਨਹੀਂ ਸੀ ਬੈਠੀਆਂ, ਉਹ ਸਾਰੀਆਂ ਇਕੱਠੀਆਂ ਹੋਈਆਂ। ਜਿਹੜੇ ਅਦਾਰੇ ਇਕੱਠੇ ਹੋ ਕੇ ਕਦੇ ਲੜੇ ਨਹੀਂ ਸੀ, ਉਹ ਸਾਰੇ ਪੰਜਾਬ ਦੇ ਲੋਕ ਇਹ ਸਾਰੀਆਂ ਗੱਲਾਂ ਪਾਸੇ ਛੱਡ ਕੇ ਸੜਕਾਂ 'ਤੇ ਆਏ। ਇਹ ਮੂਵ ਬਣੀ ਅਤੇ ਮੂਵ ਨੇ ਇਹਦਾ ਮੂੰਹ ਤੋੜਵਾਂ ਜਵਾਬ ਦਿੱਤਾ, ਉਸ ਲੋਕਾਂ ਨੂੰ ਨੰਗੇ ਕੀਤਾ ਜਿਹੜੇ ਹਮੇਸ਼ਾ ਪਰਦੇ ਪਿੱਛੇ ਰਹਿੰਦੇ ਹੁੰਦੇ, ਜਿਨ੍ਹਾਂ ਦੇ ਬਾਰੇ ਕਦੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਗੱਲ ਆਉਂਦੀ ਨਹੀਂ। ਤੁਸੀਂ ਮੋਰਚੇ 'ਚ ਨਾਲ ਹੀ ਸਾਡੇ, ਅਤੇ ਮੋਰਚੇ ਦੇ ਵਿੱਚ ਤੁਸੀਂ ਦੇਖਿਆ ਹੋਣਾ, ਸੁਣਿਆ ਹੋਣਾ, ਜਿਹੜੇ ਅਨਪੜ੍ਹ ਲੋਕ ਸੀ ਨਾਨੀਆਂ ਵਾਨੀਆਂ ਬਾਰੇ ਉਹ ਵੀ ਗੱਲਾਂ ਕਰਦੇ। ਕਾਰਗਲ ਅਤੇ ਮਨਸੀਟੋ ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਸੀਗੀਆਂ ਉਹ ਭਾਵੇਂ ਦਾਅ 'ਤੇ ਨਹੀਂ ਆਈਆਂ। ਅਡਾਨੀ ਅਤੇ ਵਾਨੀ ਕਾਰ ਮੁੱਖ ਕਾਰਪੋਰੇਟ ਆ ਜਿਹੜਾ ਉਹ ਨਕਸ਼ੇ 'ਤੇ ਆਏ, ਉਹਨਾਂ ਬਾਰੇ ਗੱਲਾਂ ਜ਼ਿਕਰ ਹੋਣ ਲੱਗ ਗਈਆਂ ਵੀ ਇਹ ਮੋਦੀ ਦੇ ਉੱਤੋਂ ਦੀ ਨੇ। ਇਸ ਕਰਕੇ ਇਹ ਵੱਡੀ ਮੂਵਮੈਂਟ ਦੇ ਵਿੱਚ ਇਹ ਵੱਡਾ ਹਮਲਾ ਸੀ। ਵੱਡੇ ਹਮਲੇ ਨੂੰ ਸਮਝਿਆ, ਪਰਖਿਆ, ਪੜ੍ਹਿਆ, ਪਛਾਣਿਆ ਅਤੇ ਉਹਦਾ ਵਿਰੋਧ ਕੀਤਾ, ਫਿਰ ਇਹ ਜਿੱਤ ਤੱਕ ਲੈ ਗਿਆ। ਜੀ ਉਗਰਾਹਾਂ ਸਾਹਿਬ, ਜਦੋਂ 3 ਖੇਤੀ ਕਾਨੂੰਨ ਵਾਪਸ ਲੈ ਲਏ ਬੀਜੇਪੀ ਦੀ ਸਰਕਾਰ ਨੇ, ਤੁਸੀਂ ਇਹ ਲੜਾਈ ਉੱਥੇ ਹੀ ਛੱਡੀ ਜਾਂ ਜਿਵੇਂ ਅੰਦੋਲਨ ਦੇ ਵਿੱਚ ਲੜਾਈ ਲੜੀ ਜਾ ਰਹੀ ਸੀ 3 ਕਾਨੂੰਨਾਂ ਦੀ, ਅੱਜ ਵੀ ਤੁਸੀਂ ਉਸੇ ਪ੍ਰੋਸੈਸ ਦੇ ਵਿੱਚ ਇਸ ਲੜਾਈ ਨੂੰ ਮੰਨਦੇ ਹੋ? ਬਿਲਕੁਲ ਬਿਲਕੁਲ ਹਾਂ ਜੀ, ਅਜੇ ਲੜਾਈ ਛੱਡੀ ਨਹੀਂ, ਨਾ ਲੜਾਈ ਉਹਨੂੰ ਅਸੀਂ ਖਤਮ ਕਰਕੇ ਆਏ ਹਾਂ, ਨਾ ਅਸੀਂ ਉਹਦੇ ਇਹ ਅੰਦੋਲਨ ਨੂੰ ਖਤਮ ਕਰਕੇ ਆਏ ਹਾਂ, ਨਾ ਅਸੀਂ ਇਹ ਕਹਿ ਕੇ ਆਏ ਹਾਂ ਕਿ ਅਜੇ ਬੀਜੇਪੀ ਇਰਾਦੇ ਦੇ ਤੌਰ 'ਤੇ ਆਪਦੇ ਇਰਾਦੇ ਨਹੀਂ ਬਦਲੇ, ਫੈਸਲਾ ਬਦਲਿਆ। ਇਰਾਦੇ ਇਹਨਾਂ ਦੇ ਉਹੀ ਨੇ, ਜ਼ਮੀਨਾਂ ਹੜੱਪਣ ਦਾ ਇਰਾਦਾ ਹੈ, ਕਾਰਪੋਰੇਟ ਦੇ ਮੰਡੀਆਂ ਦਾ ਕਬਜ਼ਾ ਕਰਾਉਣ ਦਾ ਇਰਾਦਾ ਹੈ। ਜਿਹੜੀ ਇਹ ਕਹਿ ਰਹੇ ਸੀ ਨਾ ਬੀਜੇਪੀ ਵਾਲੇ ਵੀ 3 ਕਾਨੂੰਨਾਂ ਦੇ ਵਿੱਚ ਕੋਈ ਇੱਕ ਸ਼ਟਰ ਦਿਖਾ ਦਿਉ ਜਿਹਦੇ 'ਚ ਇਹ ਲਿਖਿਆ ਹੋਵੇ ਵੀ ਅਸੀਂ ਤੁਹਾਡੀਆਂ ਜ਼ਮੀਨਾਂ ਨੱਪਣੀਆਂ ਨੇ, ਯਾਨੀ ਅਸੀਂ ਸਮਝਦੇ ਸੀ ਉਹਦੇ ਛਤਰ ਨਹੀਂ ਪਾਈ। ਤੁਸੀਂ ਸਿੱਧੇ ਤੌਰ 'ਤੇ ਨਹੀਂ ਕਿਹਾ ਵੀ ਜ਼ਮੀਨਾਂ ਹਮਲਾ ਕਰਾਂਗੇ। ਜਦੋਂ ਮੰਡੀਆਂ 'ਤੇ ਕਬਜ਼ਾ ਹੋ ਗਿਆ, ਜਦੋਂ ਕਾਰਪੋਰੇਟਾਂ ਦੇ ਹਵਾਲੇ ਮੰਡੀਆਂ ਹੋ ਗਈਆਂ, ਤਾਂ ਖੇਤੀ 'ਚੋਂ ਜਦੋਂ ਬਚੇ ਹੀ ਕੁਛ ਨਾ, ਜਿਹੜੇ ਲਾਗਤ ਖਰਚੇ ਵੀ ਨਾ ਮੁੜੇ, ਤਾਂ ਸਾਨੂੰ ਆਪਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੀ ਜ਼ਮੀਨਾਂ ਹੀ ਵੇਚਣੀਆਂ ਪੈਣਗੀਆਂ? ਨਾ ਤਾਂ ਕੋਈ ਰੁਜ਼ਗਾਰ ਛੱਡਿਆ ਤੁਸੀਂ, ਉਹ ਸਾਰਾ ਪਬਲਿਕ ਸੈਕਟਰ ਦਾ ਕਾਰਪੋਰੇਟ ਦੇ ਹਵਾਲੇ ਕਰਤਾ, ਫਿਰ ਖੇਤੀ ਦੇ ਵਿੱਚੋਂ ਵੀ ਕੁਛ ਬਚਦਾ ਨਹੀਂ, ਫਿਰ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਿੱਧਾ ਹਮਲਾ ਨਹੀਂ ਸੀ, ਟੇਢਾ ਟੇਢੇ ਤੌਰ 'ਤੇ ਆਏ ਆ, ਉਹ ਇਨਡਾਇਰੈਕਟ ਆਏ ਆ। ਉਹ ਅਟੈਕ ਨੂੰ ਅਸੀਂ ਪਰਖ ਕੇ, ਉਹ ਅੱਜ ਵੀ ਅਟੈਕ 'ਤੇ ਆ, ਭਾਵੇਂ ਕਾਨੂੰਨ ਵਾਪਸ ਲੈ ਲਏ, ਕਿਤੇ ਕੋਰੀਡੋਰ ਬਣਾਉਣ ਦੀ ਪੰਜਾਬ ਦੇ ਵਿੱਚ, ਆਰਥਿਕ ਜ਼ੋਨ ਬਣਾਉਣ ਦੀ ਪੰਜਾਬ ਦੇ ਵਿੱਚ, ਮਾਲ ਭਾਰਤ ਵਾਲਾ ਪ੍ਰੋਜੈਕਟ ਦੀਆਂ ਵੱਡੀਆਂ ਵੱਡੀਆਂ ਸੜਕਾਂ ਕੱਢ ਕੇ, ਗੈਸ ਲਾਈਨ ਪਾਈਪਾਂ ਕੱਢ ਕੇ, ਇਹਨਾਂ ਦੇ ਜ਼ਮੀਨਾਂ ਦੇ ਉੱਤੇ ਕਾਬਜ਼ ਹੋਣ ਦੀ ਖਾਤਰ ਉਹ ਅਜੇ ਵੀ ਤਾਹੂ ਨੇ ਮੰਡੀਆਂ 'ਤੇ ਕਬਜ਼ਾ ਕਰਨ ਦੀ। ਉਹ ਜਿਹੜੀ ਇਹਨਾਂ ਨੇ ਫੈਸਲਾ ਜ਼ਰੂਰ ਬਦਲ ਲਿਆ, ਇਰਾਦਾ ਨਹੀਂ ਬਦਲਿਆ। ਨੀਤ ਮਾੜੀ ਹੈ ਅਤੇ ਨੀਤੀ ਅਤੇ ਨੀਤ ਦੋਨੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੇ, ਇਸ ਕਰਕੇ ਅਸੀਂ ਲੜਾਈ ਅਜੇ ਛੱਡੀ ਨਹੀਂ, ਉਹ ਅਸੀਂ ਲੜ ਰਹੇ ਹਾਂ। ਜੀ ਉਗਰਾਹਾਂ ਸਾਹਿਬ, ਲੜਾਈ ਤੁਸੀਂ ਛੱਡੀ ਨਹੀਂ, ਲੜਾਈ ਜਥੇਬੰਦੀਆਂ ਕਿਸਾਨ ਆਗੂ ਲੜ ਰਹੇ ਨੇ ਸੜਕਾਂ ਦੇ ਉੱਪਰ, ਰੇਲਾਂ ਦੇ ਉੱਪਰ। ਕਿਸਾਨਾਂ ਨੇ ਬਹਿ ਕੇ ਤਪੱਸਿਆ ਕੀਤੀ ਕਿ 3 ਖੇਤੀ ਕਾਨੂੰਨ ਵਾਪਸ ਹੋ ਜਾਣ, ਮੀਂਹਾਂ ਦੇ ਵਿੱਚ, ਸਰਦੀਆਂ ਦੇ ਵਿੱਚ, ਗਰਮੀਆਂ ਦੇ ਵਿੱਚ, ਗੋਡੇ ਗੋਡੇ ਪਾਣੀ ਦੇ ਵਿੱਚ ਕਿਸਾਨ ਤੰਬੂਆਂ ਦੇ ਵਿੱਚ ਡਟੇ ਰਹੇ, ਕਿ ਤਪੱਸਿਆ ਕੀਤੀ ਕਿਸਾਨਾਂ ਨੇ। ਆਹੀ ਤਪੱਸਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ, ਨਰਿੰਦਰ ਮੋਦੀ ਸਾਹਿਬ ਨੇ। ਉਹ ਕਹਿੰਦੇ ਕਿ ਤਪੱਸਿਆ ਅਸੀਂ ਕੀਤੀ ਸੀ, ਸਾਡੀ ਤਪੱਸਿਆ ਦੇ ਵਿੱਚ ਕੋਈ ਕਮੀ ਰਹਿ ਗਈ, ਅਸੀਂ ਤਾਂ ਕਿਸਾਨ ਆਗੂਆਂ ਨੂੰ ਇਹਨਾਂ 3 ਕਾਨੂੰਨਾਂ ਦੇ ਫਾਇਦੇ ਸਮਝਾ ਨਹੀਂ ਪਾਏ, ਗਿਣਾ ਨਹੀਂ ਪਾਏ। ਦੂਜਾ, ਤੁਸੀਂ ਮੰਡੀਆਂ ਦਾ ਜ਼ਿਕਰ ਕੀਤਾ, ਬੀਜੇਪੀ ਦੀ ਸਰਕਾਰ ਤਾਂ ਕਿਸਾਨ ਅੰਦੋਲਨ ਦੇ ਦੌਰਾਨ ਵੀ ਇਹ ਗੱਲਾਂ ਕਹਿੰਦੀ ਰਹੀ ਹੈ ਕਿ 1 ਲੱਖ ਕਰੋੜ ਜਿਹੜਾ ਹੈਗਾ ਅਸੀਂ ਇਨਵੈਸਟ ਕਰਾਂਗੇ APMC ਦੇ ਵਿੱਚ। ਦੇਖੋ, ਜਦੋਂ ਵੀ ਕੋਈ ਗੱਲ ਲੈ ਕੇ ਆਉਂਦੇ ਨੇ ਨਵੀਂ, ਉਦੋਂ ਜਿਹੜੀ ਮੰਡੀਆਂ ਦੇ ਵਿੱਚ ਪੈਸੇ ਦੀ ਲਾਗਤ ਦੇ ਕਹਿੰਦੇ ਨੇ ਵੀ ਫੰਡ ਅਸੀਂ ਹੋਰ ਮੁਹੱਈਆ ਕਰਾਵਾਂਗੇ, ਉਹ ਕਰਾਉਣ। ਆਲਰੇਡੀ ਸਾਡੇ ਕੋਲ ਪਹਿਲਾਂ ਮੰਡੀਆਂ ਹੈਗੀਆਂ, ਉਹਨਾਂ ਦੀ ਡਿਵੈਲਪਮੈਂਟ ਵਾਸਤੇ, ਖਰੀਦ ਸਾਧਨ ਹੋਰ ਤਿੱਖੇ ਕਰਨ ਵਾਸਤੇ, ਇਨਪੁੱਟਸ ਘਟਾਉਣ ਵਾਸਤੇ, ਖੇਤੀ ਨੂੰ ਡਿਵੈਲਪ ਲਾਹੇਵੰਦ ਬਣਾਉਣ ਵਾਸਤੇ ਜੇ ਕੁਛ ਕਰਨਗੇ ਤਾਂ ਕਰਨ ਸਹੀ ਨਾ, ਇਹ ਗੱਲਾਂ ਸਿਰਫ ਕਹਿਣ ਦੀਆਂ ਨੇ। ਫਿਰ ਇਹ ਕਾਨੂੰਨ ਬਣਾਉਣ ਦੀ ਕੀ ਲੋੜ ਪੈ ਗਈ ਕਿ ਪ੍ਰਾਈਵੇਟ ਪਲੇਅਰਾਂ ਨੂੰ ਜਿਹੜੀ
सारे टैक्सा की छोट, प्राइवेट मंडियां खोलण की छोट, MSP लेते लेंदे ने कि नहीं लेंदे इस गल की छोट, आपका माल स्टोर करन की छोट, ये गल्लां पाउण की की लोड़ सी? ऑलरेडी मंडियां है, जे MSP तो बढ़ के किसी प्राइवेट प्लेयर ने माल खरीदना वो जी छड़ के जिन्ना मर्जी पहला भी लेंदा हुण भी ले लवे। अड मंडियां की तो कोई लोड़ नहीं सी ना। असल विच जदों भी ये जदों भी कोई अटैक करते हैं जिहड़े अदारे ते जिहड़ी संस्था ते जिहड़े किते ते अटैक करते हैं ये हमेशा ये गल कहने ने कि इहदे च तुहाडा फायदा है। हुण मैं तुहानूं एक छोटी जिही उदाहरण दिंदा, 2014 ਦੇ ਵਿੱਚ ਗੈਸ ਸਿਲੰਡਰ ਦੀ ਕੀਮਤ 410 ਰੁਪਏ ਸੀ। ਇਹ ਕਹਿੰਦੇ ਵੀ ਸਬਸਿਡੀ ਤੁਹਾਨੂੰ ਤੁਹਾਡੇ ਖਾਤਿਆਂ 'ਚ ਪਾਇਆ ਕਰਾਂ। ਅਸੀਂ ਉਦੋਂ ਹੀ ਕਿਹਾ ਸੀ ਤੁਹਾਡੇ ਨਾਲ ਧੋਖਾ ਕਰ ਰਹੇ ਨੇ, ਪਹਿਲਾਂ ਖਾਤਿਆਂ 'ਚ ਪਾਉਣਗੇ, ਹੌਲੀ 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 ਘਟਾਈ ਜਾਣਗੇ, ਹੌਲੀ ਹੌਲੀ ਕੱਟ ਕਰ ਦੇਣਗੇ, ਫਿਰ ਜਮ੍ਹਾਂ ਖਤਮ ਕਰ ਦੇਣਗੇ। ਅੱਜ 1130 ਦਾ ਸਿਲੰਡਰ ਹੈ, ਉਹੀ ਕਿੱਧਰ ਗਈ ਸਬਸਿਡੀ? ਕੋਈ ਬੋਲਿਆ ਨਹੀਂ, ਕੋਈ ਰੌਲਾ ਨਹੀਂ ਪਾਇਆ। ਜਦੋਂ ਵੀ ਕਿਸੇ ਕਿੱਤੇ ਨੂੰ ਖਤਮ ਕਰਨਾ ਹੈ, ਹੁਣ ਸਕੂਲ ਨੇ ਜਦੋਂ ਪ੍ਰਾਈਵੇਟ ਸਕੂਲਾਂ ਨੂੰ ਜਦੋਂ ਛੋਟ ਦਿੱਤੀ ਹੈ, ਉਦੋਂ ਇਹ ਕਹਿ ਕੇ ਛੋਟ ਦਿੱਤੀ ਹੈ ਕਿ ਬੱਚੇ ਪੜ੍ਹਨ ਵਾਲੇ ਜ਼ਿਆਦਾ ਹੋ ਗਏ, ਸਰਕਾਰੀ ਸਕੂਲ ਥੋੜ੍ਹੇ ਨੇ, ਇਸ ਕਰਕੇ ਪ੍ਰਾਈਵੇਟਾਂ ਨੂੰ ਆਗਿਆ ਦਿੱਤੀ। ਹਾਸ਼ਰ ਇਹ ਹੋਇਆ ਕਿ ਸਰਕਾਰੀ ਸਕੂਲ ਬੰਦ ਹੋ ਗਏ ਅਤੇ ਪ੍ਰਾਈਵੇਟਾਂ ਦੇ ਵਿੱਚ ਮਰਜ਼ੀ ਦੀਆਂ ਫੀਸਾਂ ਲੈ ਕੇ ਗਰੀਬ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋ ਗਈ ਵਿੱਦਿਆ। ਜਦੋਂ ਕੋਈ ਅਸਲ ਕੀ ਹੈ, ਕਿਉਂਕਿ ਵਿੱਦਿਆ ਨੂੰ ਮੁਨਾਫੇ ਵਾਲਾ ਬਣਾਉਣਾ ਸੀ, ਉਹ ਮੁਨਾਫੇ ਵਾਸਤੇ ਵੱਡੇ ਵੱਡੇ ਕਾਰਪੋਰੇਟਾਂ ਕੋਲ ਪੈਸੇ ਸੀ, ਉਹਨਾਂ ਨੇ ਇਨਵੈਸਟਮੈਂਟ ਕੀਤੀ ਪੈਸੇ ਦੀ, ਉਹਨਾਂ ਨੇ ਵੱਡੇ ਵੱਡੇ ਸਕੂਲ ਕਾਲਜ ਖੋਲ੍ਹੇ, ਵੱਡੀਆਂ ਫੀਸਾਂ ਨੇ। ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਇੱਕ ਸਾਲ ਦੇ ਵਿੱਚ ਜਿੰਨਾ ਸਕੂਲ ਦਾ ਬੱਚੇ ਦਾ ਸਾਲ ਦਾ ਪੜ੍ਹਾਈ ਦਾ ਖਰਚਾ ਹੁੰਦਾ ਸੀ, ਉਦੋਂ ਵੱਧ ਤਾਂ ਸਾਡਾ ਬੈਨਾਂ ਦਾ ਕਿਰਾਇਆ ਲੱਗ ਜਾਂਦਾ। ਆਹ ਸਰਕਾਰੀ ਸਕੂਲਾਂ ਦਾ ਮਾਸ਼ਰ ਹਾਸਿਲ ਕਰਨ ਵਾਸਤੇ ਜਾਨੀ ਉਸੇ ਤਰ੍ਹਾਂ ਦੀ ਇਹੀ ਪੋਲਿਸੀ ਹਰੇਕ ਜਗ੍ਹਾ 'ਤੇ ਹਰੇਕ ਅਦਾਰੇ 'ਤੇ ਇਹ ਲਾਗੂ ਕਰਦੇ ਨੇ। ਇਸ ਕਰਕੇ ਅਸੀਂ ਇਹਦਾ ਪੂਰਾ ਡਟ ਕੇ ਵਿਰੋਧ ਕਰ ਰਹੇ ਹਾਂ। ਇਹਨੂੰ ਸਮਝਿਆ ਲੋਕਾਂ ਨੇ, ਪਰਖਿਆ ਅਤੇ ਅਸੀਂ ਕਰਦੇ ਰਹਾਂਗੇ। ਜੀ ਬਿਲਕੁਲ। ਉਗਰਾਹਾਂ ਸਾਹਿਬ, ਮੇਰਾ ਇੱਕ ਆਖਰੀ ਸਵਾਲ, ਸਰਕਾਰਾਂ ਬਦਲਣ ਦੇ ਨਾਲ ਨੀਤੀਆਂ ਵੀ ਬਦਲ ਜਾਂਦੀਆਂ ਨੇ। ਮੰਨ ਲਓ ਕੱਲ੍ਹ ਆਪਾਂ ਕਹਿੰਦੇ ਹਾਂ ਕਿ ਜਦੋਂ ਲਿਬਰਲਾਈਜੇਸ਼ਨ ਦਾ ਦੌਰ ਸ਼ੁਰੂ ਹੋ ਗਿਆ, ਗਲੋਬਲਾਈਜੇਸ਼ਨ ਸ਼ੁਰੂ ਹੋ ਗਈ, ਜਦੋਂ 92 ਦੀ ਗੱਲ ਕਰਦੇ ਹਾਂ ਆਪਾਂ ਕਿ ਮਨਮੋਹਨ ਸਿੰਘ ਵਿੱਤ ਮੰਤਰੀ ਸੀ, ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਦੇਸ਼ ਦੇ, ਵੀ ਕਾਂਗਰਸ ਨੇ ਸਮਝੌਤੇ ਸਾਈਨ ਕੀਤੇ, ਜਾਂ ਤਮਾਮ ਜਦੋਂ ਗੈਟ ਦੀ ਗੱਲ ਕਰਦੇ ਹਾਂ ਆਪਾਂ, ਜਾਂ ਫਿਰ ਜਿਹੜੀ ਸਾਡੀ ਵਰਲਡ ਟ੍ਰੇਡ ਔਰਗਨਾਈਜੇਸ਼ਨ ਹੈ ਆਪਾਂ ਉਹਦੀ ਗੱਲ ਕਰਦੇ ਹਾਂ, WTO ਦੀ ਗੱਲ ਕਰਦੇ ਹਾਂ, ਉਹਦੇ ਸਮਝੌਤਿਆਂ ਦੀ ਗੱਲ ਕਰਦੇ ਹਾਂ WTO ਦੇ, ਕਿ ਮੰਨ ਲਓ ਜੇਕਰ BJP ਸੱਤਾ ਦੇ ਵਿੱਚੋਂ ਪਾਸੇ ਹੋ ਜਾਂਦੀ ਹੈ, ਕੀ ਫਿਰ ਠੱਲ ਪੈ ਜੂਗੇ ਇਸ ਸਾਰੇ ਸਿਸਟਮ ਨੂੰ? ਕੀ ਕਾਰਪੋਰੇਟ ਜਿਹੜੇ ਹੱਥ ਨੇ ਉਹ ਆਪਣੇ ਆਪ ਪਿੱਛੇ ਹੋ ਜਾਣਗੇ? ਬਿਲਕੁਲ ਨਹੀਂ, ਇਹ ਕਦੇ ਵੀ ਅਸੀਂ ਕਿਹਾ ਨਹੀਂ। ਸਰਕਾਰਾਂ ਬਦਲਣ ਨਾਲ ਜਿਹੜੇ ਸਾਡੇ ਵਰਗੇ ਮੁਲਕ ਨੇ, ਹਿੰਦੁਸਤਾਨ ਦੇ ਮੁਲਕ ਨੇ, ਜਿਹੜੇ ਵਿਕਾਸਸ਼ੀਲ ਮੁਲਕ ਨੇ, ਜਿਹੜੇ ਪਛੜੇ ਮੁਲਕ ਨੇ ਜਿਨ੍ਹਾਂ ਨੂੰ ਕਹਿ ਦਈਏ, ਇਹ ਸਰਮਾਏਦਾਰੀ ਕਲਾਬੀਆਂ ਦੇ ਦਾਬੇ ਹੇਠ, ਇਹਨਾਂ ਦੇ ਉੱਤੇ 3 ਸੰਸਥਾਵਾਂ ਨੇ ਜਿਹੜੀਆਂ, ਵਿਸ਼ਵ ਭਾਰ ਸੰਸਥਾ, ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਹਾਂ, ਇਹ ਜਿਹੜੀਆਂ 3 ਸੰਸਥਾਵਾਂ ਨੇ, ਇਹ ਕਾਬਜ਼ ਨੇ ਸਾਰੀ ਦੁਨੀਆ ਦੇ ਉੱਤੇ। ਸਰਮਾਏਦਾਰ ਮੁਲਕਾਂ ਦੀ ਜਿਹੜੀ ਇਹ ਪੋਲਿਸੀ ਹੈ, ਉਹਦੇ ਮੁਤਾਬਕ ਇਹ ਨੀਤੀਆਂ ਬਣਾਉਂਦੇ ਆ। ਹੁਣ ਇਹ ਦੇਖੋ ਵੀ ਜਿਹੜੀਆਂ ਇਹ ਪੋਲਿਸੀਆਂ ਮੋਦੀ ਨੇ ਲਾਗੂ ਕੀਤੀਆਂ ਨੇ, ਮੋਦੀ ਨੇ ਤੋਂ ਪਹਿਲਾਂ ਮਨਮੋਹਨ ਸਿੰਘ ਸੀ, ਉਹ ਤੋਂ ਨਰਸਿਮਹਾ ਰਾਓ ਨੇ ਤਾਂ ਤੇ ਸਾਈਨ ਕੀਤੇ ਨੇ ਨੀਤੀਆਂ ਤੇ। ਆਹ ਨਿੱਜੀਕਰਨ, ਨਿਗਮੀਕਰਨ ਵਾਲੀਆਂ ਸੰਸਾਰਕ ਨੀਤੀਆਂ ਜਿਹੜੀਆਂ ਆ ਰਹੀਆਂ ਨੇ, ਜਿਹੜੀਆਂ ਹੁਣ ਇਹਨੇ ਮੋਦੀ ਨਾਲ ਤੇਜ਼ੀ ਨਾਲ ਲਾਗੂ ਕੀਤੇ ਨੇ। ਮੋਦੀ ਤੇ ਸਿਰਫ ਅਟੈਕ ਇਸ ਲਈ ਵਧਿਆ ਰਿਹਾ ਕਿ ਮੋਦੀ ਉਹਨਾਂ ਦਾ ਜ਼ਿਆਦਾ ਵਫ਼ਾਦਾਰ ਹੈ। ਉਹਨਾਂ ਨੂੰ ਕੋਈ ਵੀ ਪ੍ਰਧਾਨ ਮੰਤਰੀ ਵਫ਼ਾਦਾਰ ਚਾਹੀਦਾ ਹੈ ਜਿਹੜਾ ਵਿਸ਼ਵ ਦੀਆਂ ਨੀਤੀਆਂ ਲਾਗੂ ਕਰੇ, ਕਾਰਪੋਰੇਟ ਦਾ ਫਾਇਦਾ ਕਰੇ, ਉਹਨਾਂ ਦੀ ਲੁੱਟ ਖਸੁੱਟ ਦੇ ਵਿੱਚ ਵਾਧਾ ਕਰੇ। ਜਿਹੜੇ ਵਿਕਸਿਤ ਮੁਲਕ ਨੇ ਇੱਥੋਂ ਪੂੰਜੀ ਲੁੱਟ ਕੇ ਉਹਨਾਂ ਦੇ ਮੁਲਕਾਂ 'ਚ ਜਾਵੇ, ਉਹਨਾਂ ਦੇ ਮੁਲਕ ਦੇ ਵਿੱਚ ਲੋਕਾਂ ਨੂੰ ਰਿਹਾਇਸ਼ ਮਿਲੇ, ਉਹਨਾਂ ਨੂੰ ਰਹਿਤਾਂ ਮਿਲਣ, ਅਤੇ ਸਾਡੇ ਆਰਥਿਕ ਤੰਗੀ ਥੋੜ੍ਹਾ ਹੋਵੇ। ਉਹਨਾਂ ਨੂੰ ਇਹਨਾਂ ਮੁਲਕਾਂ ਨਾਲ, ਤੀਜੀ ਦੁਨੀਆ ਦੇ ਮੁਲਕਾਂ ਨਾਲ ਕੋਈ ਲਾਗਾ ਤੇਗਾ ਨਹੀਂ। ਇਹਨਾਂ ਪਛੜੇ ਲੋਕਾਂ ਨੂੰ ਪਹਿਲਾਂ ਵੀ ਲੁੱਟਦੇ ਸੀ, ਉਹਨਾਂ ਦੇ ਜ਼ਰੀਏ ਸਾਡੇ ਲੋਕਾਂ ਦੇ, ਇਹਨਾਂ ਦੇ ਵਿਰੋਧੀ ਕਾਨੂੰਨ ਬਣਾ ਕੇ ਇਹਨਾਂ ਨੂੰ ਪ੍ਰਚਾਰਿਆ ਜਾਂਦਾ, ਤੁਹਾਨੂੰ ਵਿਕਾਸ ਵਾਸਤੇ ਅਸੀਂ ਆਹ ਕੁਛ ਕਰਾਂਗੇ। ਜਿਵੇਂ ਹੁਣ ਆਦਿਵਾਸੀ ਇਲਾਕੇ ਦੇ ਵਿੱਚ ਜੰਗਲਾਂ 'ਤੇ ਅਟੈਕ ਕੀਤਾ ਹੋਇਆ, ਕਾਰਪੋਰੇਟਾਂ ਨਾਲ ਪਹਿਲਾਂ ਹੀ ਸੌਦੇ ਹੋਏ ਹੋਏ ਨੇ, ਖਾਣਾਂ ਦੀਆਂ ਛੋਟਾਂ ਦਿੱਤੀਆਂ ਹੋਈਆਂ ਨੇ। ਕਿਹਾ ਇਹ ਜਾ ਰਿਹਾ ਕਿ ਆਦਿਵਾਸੀਆਂ ਨੂੰ ਅਸੀਂ ਡਿਵੈਲਪਮੈਂਟ ਕਰਾਂਗੇ, ਹੋ ਇਹ ਰਿਹਾ ਵੀ ਉਹ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਖਾਣਾਂ ਨੇ, ਉੱਥੇ ਧਾਤਾਂ ਨੇ,
ਵੱਡੀਆਂ ਕਾਰਪੋਰੇਟਾਂ ਨੇ ਉੱਥੋਂ ਧਾਤਾਂ ਕੱਢਣੀਆਂ, ਖਾਣਾ ਕੱਢ ਕੇ ਉਹਨਾਂ ਨੇ ਸੋਨਾ ਚਾਂਦੀ ਵਰਗੇ ਜਿਹੜੇ ਇਹ ਲੁੱਟ ਕੇ ਲੈ ਕੇ ਜਾਣੇ ਆ। ਇਹ ਸਾਰੀ ਜੀ ਲੁੱਟ ਸੁੱਟ ਦਾ ਜਿਹੜੀ ਰਾਹ ਹੈ ਜਿਹੜਾ, ਇਹ ਕਿਸੇ ਸਰਕਾਰ ਬਦਲਣ ਨਾਲ, ਇਹ ਨੀਤੀਆਂ ਨਹੀਂ ਬਦਲਦੀਆਂ। ਬੇਸ਼ੱਕ ਬੀਜੇਪੀ ਬਦਲ ਜੇ ਠੀਕ ਹੈ, ਦੂਜੀ ਸਰਕਾਰ ਜਿਹੜੀ ਆਊਗੀ ਉਹ ਕਿੰਨਾ ਕਤਾਹੂ ਹੁੰਦੀ ਹੈ, ਕਿਉਂਕਿ ਕਾਰਪੋਰੇਟਾਂ ਨੂੰ ਤਾਂ ਜਿਹੜਾ ਵੀ ਕੋਈ ਲੋਕਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਜਾਂ ਗੁੰਮਰਾਹ ਕਰਕੇ ਦਬਾ ਕੇ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰ ਸਕਦਾ, ਉਹ ਪ੍ਰਧਾਨ ਮੰਤਰੀ ਚਾਹੀਦਾ। ਉਹ ਪ੍ਰਧਾਨ ਮੰਤਰੀ ਦੀ ਚੋਣ ਉਹਨਾਂ ਨੇ ਕਰਨੀ ਹੁੰਦੀ ਹੈ ਕਿ ਨਾਲ ਦੀ ਨਾਲ ਪਤਾ ਵੀ ਨਹੀਂ ਲੱਗਣ ਦੇਵੇ ਅਤੇ ਨਾਲ ਦਾ ਖੂਨ ਵੀ ਸਾਰਾ ਚੂਸ ਲੇ। ਇਸ ਕਰਕੇ ਅਸੀਂ ਨਹੀਂ ਕਹਿੰਦੇ ਕਿ ਆਉਣ ਵਾਲੀ ਜਿਹੜੀ ਮੋਦੀ ਸਰਕਾਰ ਤੋਂ ਬਾਅਦ ਗਾਂਹ ਬਦਲੂਗੀ ਸਰਕਾਰ, ਉਹ ਇਹ ਨੀਤੀਆਂ ਤੋਂ ਪਾਸਾ ਵਰਤੂਗੀ ਬਿਲਕੁਲ। ਇਸ ਕਰਕੇ ਇਹ ਝਾਤ ਨਹੀਂ ਕਰਨੀ ਚਾਹੀਦੀ। ਹਾਂ, ਇਹ ਮੂਵਮੈਂਟ ਸਰਕਾਰ ਹਿੰਦੁਸਤਾਨ ਤੋਂ ਦੁਨੀਆਂ ਦੇ ਦੇਸ਼ਾਂ 'ਚ ਉੱਠ ਖੜੇ, ਦੁਨੀਆਂ ਦੇ ਦੇਸ਼ 'ਚ ਤੰਗ ਆ ਜਾਣ, ਉੱਠ ਕੇ ਤਾਂ ਵਿਰੋਧ ਕਰਨ, ਫਿਰ ਕੋਈ ਫੈਸਲਾ ਬਦਲਣ ਦਾ, ਪਿੱਛੇ ਹਟਣ ਦਾ ਜਾਂ ਰੋਕਣ ਦਾ ਕੋਈ ਹੋ ਸਕਦਾ। ਜੀ ਗੁਰਾਂ ਸਾਹਿਬ, ਉਹ ਕਹਿੰਦੇ ਕਿ ਗਰੋਥ ਦੇ ਵਿੱਚ ਖੜੋਤ ਹੈ ਐਗਰੀਕਲਚਰ ਦੇ ਵਿੱਚ, ਜਦੋਂ ਜਦੋਂ ਵੀ ਨੀਤੀ ਆਯੋਗ ਦੀ ਮੀਟਿੰਗ ਹੁੰਦੀ ਹੈ ਉਹ ਆਹੀ ਗੱਲ ਕਹਿੰਦੇ ਨੇ ਕਿ ਜੇਕਰ ਇਸ ਖੜੋਤ ਨੂੰ ਤੋੜਨਾ ਤਾਂ ਇਹਦੇ 'ਚ ਇਨਵੈਸਟਮੈਂਟ ਜ਼ਰੂਰੀ ਹੈ। ਇਨਵੈਸਟਮੈਂਟ ਕਿਸਾਨ ਅਤੇ ਮਜ਼ਦੂਰ ਕਰ ਨਹੀਂ ਸਕਦਾ, ਇਨਵੈਸਟਮੈਂਟ ਤਾਂ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਕਰਨਗੇ। ਅਤੇ ਨੀਤੀ ਆਯੋਗ ਦੀ ਮੀਟਿੰਗਾਂ ਦੇ ਵਿੱਚ ਉਹਨਾਂ ਕਾਰਪੋਰੇਸ਼ਨਾਂ ਦੇ CEO ਹੀ ਆਹ ਗੱਲ ਕਹਿੰਦੇ ਨੇ ਕਿ ਤੁਸੀਂ ਸਾਨੂੰ ਫਿਰ ਕਲਸਟਰ ਬਣਾ ਕੇ ਦੇ ਦਿਓ ਨਾ ਜ਼ਮੀਨਾਂ ਦੇ, ਤੂੰ ਸਾਨੂੰ 8,000 ਦਾ ਕਲਸਟਰ ਦੇ ਦਿਓ, 10,000 ਦਾ ਕਲਸਟਰ ਦੇ ਦਿਓ, ਅਸੀਂ ਇਹਦੇ 'ਤੇ ਜਿਹੜੀ ਹੈਗੀ ਆਪਣੀ ਖੇਤੀ ਕਰ ਲਾਂਗੇ। ਸਰਕਾਰ ਦਾ ਇਹ ਪੱਖ ਹੁੰਦਾ ਕਿ ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੀ ਜਿਹੜੀ ਇਕੋਨਮੀ ਹੈ $5 trillion ਦੀ ਇਕੋਨਮੀ ਖੜੀ ਕਰਨੀ ਆ ਤਾਂ ਸਾਨੂੰ ਇਸ ਮਾਡਲ ਨੂੰ ਬਦਲਣਾ ਜ਼ਰੂਰੀ ਹੈ। ਜੇਕਰ ਅੱਜ ਪੂਰੇ ਦੇਸ਼ ਦੀ ਇਕੋਨਮੀ ਖਤਮ ਹੋ ਰਹੀ ਹੈ, ਪੂਰੇ ਦੇਸ਼ ਪੂਰੀ ਦੁਨੀਆਂ ਦੀ ਇਕੋਨਮੀ ਨੂੰ ਖਤਰਾ, ਜੇਕਰ ਤਾਂ ਦੇਖੋ ਕਿ ਭਾਰਤ ਦੀ ਇਕੋਨਮੀ ਸਟੈਂਡ ਕਰ ਰਹੀ ਹੈ। ਜੇਕਰ ਪੂਰੀ ਦੁਨੀਆਂ ਦੇ ਵਿੱਚ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਰਿਸੈਸ਼ਨ ਹੈ ਤਾਂ ਭਾਰਤ ਦੇ ਵਿੱਚ ਹੈ ਨਹੀਂ, ਤੇ ਫਿਰ ਕਿਉਂ ਨਾ ਕਹਿੰਦੇ ਕਿ ਉਸ ਮਾਡਲ ਵੱਲ ਵਧਿਆ ਜਾਵੇ। ਦੇਖੋ ਸਾਥੀ, ਕੋਈ ਵੀ ਸੰਸਥਾ, ਕੋਈ ਵੀ ਅਦਾਰਾ, ਕੋਈ ਵੀ ਟ੍ਰੇਡ ਹੈ ਜਿਹੜਾ, ਉਦੋਂ ਉਦੋਂ ਉਹ ਡਿਵੈਲਪਮੈਂਟ ਹੁੰਦੀ ਆ ਉਹਦੀ, ਜਦੋਂ ਉਹਦੀ ਆਮਦਨ ਉਹਦੇ 'ਤੇ ਲੱਗੇ। ਜੇ ਖੇਤੀ 'ਚੋਂ ਹੋਈ ਪੈਦਾਵਾਰ ਮੁੜ ਕੇ ਖੇਤੀ 'ਤੇ ਲੱਗਦੀ ਹੈ ਤਾਂ ਖੇਤੀ ਕਿਉਂ ਨਹੀਂ ਡਿਵੈਲਪ ਹੋਊਗੀ? ਇਨਵੈਸਟਮੈਂਟ ਵਾਸਤੇ ਪੈਸਾ ਕਾਰਪੋਰੇਟਾਂ 'ਤੇ ਲੈਣ ਦੀ ਕਿਹੜੀ ਲੋੜ ਹੈ? ਤੁਸੀਂ ਖੇਤੀ ਦੀ ਆਮਦਨ ਖੇਤੀ 'ਤੇ ਲਾ ਦਿਓ, ਖੇਤੀ ਦੀ ਡਿਵੈਲਪਮੈਂਟ ਵਾਸਤੇ ਇਹਨਾਂ ਦੇ ਇਨਪੁੱਟ 'ਤੇ ਰੇਟਾਂ 'ਤੇ ਘੱਟ ਲਾ ਦਿਓ, ਕਾਰਪੋਰੇਟਾਂ ਦੇ ਰੇਟ ਘਟਾ ਦਿਓ, ਡੀਜ਼ਲ ਦੇ ਰੇਟ ਘੱਟ ਕਰ ਦਿਓ, ਖਾਦਾਂ ਦੇ ਰੇਟ ਘੱਟ ਕਰ ਦਿਓ, ਇਨਪੁੱਟਸ ਵੀ ਵਧ, ਇਨਪੁੱਟਸ ਘੱਟ ਹੋਵੇ ਤਾਂ ਮੁਨਾਫਾ ਵਧੂਗਾ ਤਾਂ ਪ੍ਰੋਡਕਸ਼ਨ ਵੀ ਵਧੂਗੀ। ਇਹ ਨਹੀਂ ਇਹਨਾਂ ਨੇ ਕਰਨਾ, ਇਹਨਾਂ ਨੇ ਹਮੇਸ਼ਾ ਇਹ ਕਹਿ ਕਿ ਬਾਹਰਲੀਆਂ ਸੰਸਥਾਵਾਂ ਆ ਕੇ ਪੈਸੇ ਲਾਉਣ, ਬਾਹਰਲੀਆਂ ਕੰਪਨੀਆਂ ਆ ਕੇ ਇਨਵੈਸਟਮੈਂਟ ਕਰਨ, ਫਿਰ ਹੀ ਡਿਵੈਲਪਮੈਂਟ ਹੈ। ਉਹਨਾਂ ਨੇ ਜਿਹੜਾ ਡਿਵੈਲਪਮੈਂਟ ਦਾ ਰਾਹ ਲੋਕਾਂ ਨੂੰ ਕਹਿ ਕੇ ਉਹਨਾਂ ਨੂੰ ਛੋਟਾਂ ਦੇ ਕੇ, ਉਹ ਵੱਡੇ ਮੁਨਾਫੇ ਵੱਡੇ ਸ਼ਾਹੂਕਾਰ ਜਦੋਂ ਆਉਣਗੇ ਜਿਹੜੇ ਅਦਾਰੇ ਦੇ ਵਿੱਚੋਂ ਪੈਸੇ ਲਾਉਣਗੇ ਉੱਥੇ ਵੱਡਾ ਮੁਨਾਫਾ ਲੈ ਕੇ ਜਾਣਗੇ ਉਹ, ਅਤੇ ਇੱਥੇ ਲੁੱਟ ਖਸੁੱਟ ਜ਼ਿਆਦਾ ਹੋਊਗੀ। ਇਸ ਕਰਕੇ ਜਿਹੜੀਆਂ ਵਸਤਾਂ ਅਸੀਂ ਖੇਤੀ 'ਤੇ ਲਾਗ ਲਾਉਂਦੇ ਹਾਂ ਵਰਤਦੇ ਹਾਂ ਉਹਨਾਂ ਦੀਆਂ ਕੀਮਤਾਂ ਉੱਚੀਆਂ ਕਰਨਗੇ, ਸਾਡਾ ਮੁਨਾਫਾ ਘਟੂਗਾ। ਆਖਰ 'ਚ ਇੱਕੋ ਹੀ ਨਿਸ਼ਾਨਾ ਉਹਨਾਂ ਦਾ ਕਿ ਖੇਤੀ ਇੰਨੀ ਕਮਜ਼ੋਰ ਕਰ ਦਿਓ। ਹੁਣ ਦੇਖੋ ਇੱਕ ਗੱਲ ਤਾਂ ਆ ਗਈ, ਸਰਕਾਰ ਕਹਿ ਰਹੀ ਹੈ ਵੀ ਛੋਟੀ ਖੇਤੀ ਕਾਮਯਾਬ ਨਹੀਂ, ਚਾਰ ਚਾਰ ਕਿੱਲਿਆਂ ਦੀ ਖੇਤੀ ਕਾਮਯਾਬ ਨਹੀਂ, ਦੋ ਦੋ ਕਿੱਤਿਆਂ ਦੀ ਖੇਤੀ ਕਾਮਯਾਬ ਨਹੀਂ, ਇਹਨਾਂ ਤੋਂ ਖੋਹ ਕੇ ਵੱਡੇ ਫਾਰਮ ਬਣਾ ਦਿਓ। ਵੱਡੇ ਫਾਰਮਾਂ ਦੇ ਵਿੱਚ ਫਿਰ ਇਹ ਦੱਸੋ ਵੀ ਵੱਡੇ ਫਾਰਮ ਤਾਂ ਚਲੋ ਬਣਾ ਦਿਓ ਤੁਸੀਂ, ਜਿਹੜੇ ਛੋਟੇ ਕਿਸਾਨ ਖੇਤੀ 'ਚ ਵਿਹਲੇ ਹੋਣਗੇ ਉਹਨਾਂ ਨੂੰ ਕਿੱਥੇ ਐਡਜਸਟ ਕਰੋਗੇ? ਉਹਨਾਂ ਦਾ ਵਸੇਬਾ ਕਿੱਥੇ ਹੋਊਗਾ? ਉਹਨਾਂ ਵਾਸਤੇ ਕੀ ਕਰੋਗੇ ਤੁਸੀਂ? ਇਹ ਕੁਛ ਨਹੀਂ। ਜਦੋਂ ਹਰੀ ਕ੍ਰਾਂਤੀ ਆਈ ਹੈ ਉਦੋਂ ਮਸ਼ੀਨੀ ਯੁੱਗ ਆ ਗਿਆ, ਠੀਕ ਹੈ ਜੀ, ਲੋੜ ਸੀ, ਪਰ ਉਹ ਇਹਨਾਂ ਨਹੀਂ ਦੇਖਿਆ ਵੀ ਕਿੰਨੇ ਮਜ਼ਦੂਰ ਵਿਹਲੇ ਹੋ ਜਾਣਗੇ, ਉਹਨਾਂ ਨੂੰ ਕਿੱਥੇ ਸੈੱਟ ਕਰਾਂਗੇ? ਇਹ ਕਰਨ ਦੀ ਤਾਂ ਲੋੜ ਹੈ ਨਾ। ਕੋਈ ਗੱਲ ਲਿਆਓ, ਕੋਈ ਇੱਕ ਇੱਕ ਵੀ ਨਮੂਨਾ ਲਿਆ ਲਓ। ਤੁਸੀਂ ਇਹ ਦੱਸੋ, ਅਮੈਰੀਕਾ ਜਿਹੜਾ, ਅਮੈਰੀਕਾ ਦੇ ਵਿੱਚ ਪਹਿਲਾਂ 6% ਲੋਕ ਖੇਤੀ ਕਰਦੇ ਹੁੰਦੇ, ਹੁਣ ਡੇਢ ਕਿਉਂ ਰਹਿ ਗਏ? ਹੁਣ 1.5% ਰਹਿ ਗਏ, ਤੇ ਉਹ ਉੱਥੇ ਕਿਉਂ ਨੀ ਡਿਵੈਲਪ ਹੋਈ? ਉੱਥੇ ਵੀ ਧਾਹਾਂ ਮਾਰਦੇ ਨੇ ਲੋਕ। ਜਿਹੜੇ 1.5% ਲੋਕ ਨੇ ਉੱਥੇ ਅਮੈਰੀਕਾ ਖੇਤੀ ਦੇ ਵਿੱਚ, 1.5%, ਉਹ ਵੀ ਤਾਂ ਸਬਸਿਡੀਆਂ ਦੇ ਕੇ ਰੱਖੇ ਹੋਏ ਨੇ ਨਾ, ਆਪਣੀ ਮਰਜ਼ੀ ਦੇ ਨਾਲ ਟੀਕੇ ਤਾਂ ਹੋਏ ਹੈ ਨਹੀਂ ਉਹ ਨਾ, ਉਹਨੂੰ ਸਬਸਿਡੀਆਂ ਨਹੀਂ ਨਾ ਦਿੰਦੇ ਉਹ ਤਾਂ ਗ੍ਰੀਨ ਬਲੂ ਫਲਾਣਾ ਫਲਾਣਾ ਹੋਏ ਨਾਂ ਦੇ ਕੇ ਉਹਨਾਂ ਨੂੰ ਰਹਿਤਾਂ ਦਿੱਤੀਆਂ ਹੋਈਆਂ ਨੇ 80% ਸਾਡੀਆਂ ਤਾਂ ਉਹ ਵੀ ਖੋਈਆਂ ਹੋਈਆਂ ਨੇ। ਇਸ ਕਰਕੇ ਜਿਹੜਾ ਇਹ ਕਹਿੰਦੇ ਨੇ ਨਾ, ਇਹ ਕਹਿੰਦੇ ਕੁਛ ਹੋਰ ਨੇ, ਇਹ ਕਮਾਉਂਦੇ ਕੁਛ ਹੋਰ ਨੇ, ਕੁੜ ਕੁੜ ਕਿਤੇ ਆਂਡੇ ਕਿਤੇ, ਇਹ ਸਾਡੇ ਨਾਲ ਧੋਖਾ ਕਰਦੇ ਨੇ। ਇਸ ਗੱਲ ਤੋਂ ਲੋਕ ਸਮਝੇ ਹੋਏ, ਲੋਕਾਂ ਦਾ ਵਿਸ਼ਵਾਸ ਉੱਠਿਆ ਹੋਇਆ, ਲੋਕ ਸੰਘਰਸ਼ ਕਰਕੇ ਆਪਣੀਆਂ ਜ਼ਮੀਨਾਂ ਨਹੀਂ ਜਾਣ ਦੇਣਗੇ,
ਇਹ ਸਾਡਾ ਦਾਅਵਾ ਹੈ ਜੀ ਬਿਲਕੁਲ। ਸੋ ਉਗਰਾਹਾਂ ਸਾਹਿਬ ਹੌਲੀ ਹੌਲੀ ਤਾਂ ਖੈਰ ਸਾਰੀਆਂ ਗੱਲਾਂ ਬਾਹਰ ਆ ਗਈਆਂ ਨੇ ਹੁਣ, ਉਹ ਕਿ ਉਦੋਂ ਕੀ ਹੋਇਆ ਸੀ ਪਰਦੇ ਪਿੱਛੇ, ਪਰਦਾ ਹੁਣ ਉਹ ਚੱਕਿਆ ਗਿਆ, ਸਾਰਾ ਕੁਛ ਜਿਹੜਾ ਹੈਗਾ ਉਹ ਨੰਗਾ ਹੋ ਗਿਆ। ਉਗਰਾਹਾਂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਸਾਰੀ ਗੱਲਾਂ ਬਾਤਾਂ ਸ਼ੇਅਰ ਕੀਤੀਆਂ, ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ ਜੀ। ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਸਾਹਿਬ, ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਾਂ ਦਾ ਚੈਨਲ ਪੰਜਾਬੀ। ਧੰਨਵਾਦ।